ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਗੱਲ ਕਰਨ ਲੱਗੇ ਹਾਂ ਰਸ਼ੀਆ ਯੂਰਪ ਦੀ ਕੰਟਰੀ ਦੇ ਲਈ, ਜਿਹੜਾ ਕਿ ਬਹੁਤ ਹੀ ਸਸਤਾ ਸੀ ਪੈਕੇਜ ਲੈ ਕੇ ਆਏ ਹਾਂ। ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈਣੇ ਆ, ਕੋਈ ਅੰਬੈਸੀ ਫੀਸ, ਕੋਈ ਆਫ ਲੈਟਰ ਫੀਸ, ਕੋਈ ਕਾਲਜ ਫੀਸ ਕੋਈ ਨਹੀਂ ਲਈ ਜਾਏਗੀ। 100% ਹੈ ਜਿਹੜਾ ਕਿ ਉਹ ਵੀਜ਼ਾ ਤੁਹਾਨੂੰ 1 ਮਹੀਨੇ ਦੇ ਵਿੱਚ ਵਿੱਚ ਦਿੱਤਾ ਜਾਊਗਾ। ਜੇਕਰ ਤੁਸੀਂ ਸਾਡੇ ਨਾਲ ਹੁਣੇ ਸੰਪਰਕ ਕਰਦੇ ਹੋ ਤਾਂ ਤੁਹਾਨੂੰ ਸਪੈਸ਼ਲ ਕਨਸੈਸ਼ਨ ਵੀ ਦਿੱਤਾ ਜਾਊਗਾ। ਸਪੋਜ਼ ਕਿ ਜੇਕਰ ਤੁਸੀਂ ਰਸ਼ੀਆ ਪਹੁੰਚ ਜਾਂਦੇ ਹੋ, ਤੁਹਾਨੂੰ ਉੱਥੇ ਜਾ ਕੇ ਅਸੀਂ ਇੱਕ ਵਾਰ ਫੀਸ ਤੁਸੀਂ ਆਪਣੇ ਹੱਥ ਨਾਲ ਖੁਦ ਕਾਲਜ ਨੂੰ ਪੇ ਕਰਨੀ ਹੋਵੇਗੀ। ਉਸ ਤੋਂ ਬਾਅਦ ਤੁਹਾਨੂੰ ਜੋਬ ਦੀ ਅਸਿਸਟੈਂਟ ਦਿੱਤੀ ਜਾਏਗੀ, ਲਾਈਕ ਕਿ ਤੁਸੀਂ ਇੱਥੇ ਜੋਬ ਕਰ ਸਕਦੇ ਹੋ। ਜਿੱਦਾਂ ਜਿਹਦੀ ਵੀ ਤੁਹਾਡੀ ਐਲੀਜੀਬਿਲਿਟੀ ਬਣਦੀ ਹੋਊਗੀ ਉਹਦੇ ਅਕੋਰਡਿੰਗ ਤੁਹਾਨੂੰ ਜੋਬ ਦੀ ਅਸੀਂ ਉੱਥੇ ਸਹੂਲਤ ਦੇਵਾਂਗੇ ਅਤੇ ਤੁਸੀਂ ਆਰਾਮ ਦੇ ਨਾਲ 50,000 ਤੋਂ ਲੈ ਕੇ 70,000 ਤੱਕ ਆਪਣਾ ਮੰਥਲੀ ਕਮਾ ਸਕਦੇ ਹੋ। ਰਸ਼ੀਆ ਇੱਕ ਇੱਦਾਂ ਦੀ ਕੰਟਰੀ ਹੈ ਜਿਸ ਦੇ ਨਾਲ 7 ਸ਼ੈਨਿੰਗਨ ਕੰਟਰੀਜ਼ ਦੇ ਬਾਰਡਰ ਲੱਗਦੇ ਨੇ ਜੀ, ਯੂਰਪ ਦੇ ਬਾਰਡਰ ਲੱਗਦੇ ਨੇ। ਤੁਸੀਂ ਕਿਸੇ ਵੀ ਕੰਟਰੀ 'ਚ ਟਰੈਵਲ ਕਰ ਸਕਦੇ ਹੋ ਜੇਕਰ ਤੁਹਾਡੇ ਕੋਲ TRC ਕਾਰਡ ਹੈਗਾ ਰਸ਼ੀਆ ਦਾ, ਅਤੇ ਤੁਸੀਂ ਉੱਥੇ ਜੈਨੂਅਨ ਸਟੂਡੈਂਟ ਹੋ, ਤੁਸੀਂ ਉੱਥੇ ਪੈਸੇ ਕਮਾ ਰਹੇ ਹੋ, ਤੁਸੀਂ ਉੱਥੇ ਆਰਾਮ ਦੇ ਨਾਲ ਰਹਿ ਰਹੇ ਹੋ ਪਿਛਲੇ 6 ਮਹੀਨੇ ਤੋਂ, ਤੁਸੀਂ ਸ਼ੈਨਿੰਗਨ ਕੰਟਰੀਜ਼ ਦਾ ਜਾਂ ਉਹਦੇ ਨਾਲ ਲੱਗਦੀਆਂ ਜਿਵੇਂ ਕਿ ਬੇਲਾਰੂਸ ਹੋ ਗਿਆ, ਯੂਕਰੇਨ ਹੋ ਗਿਆ, ਟੂਰਿਸਟ ਵੀਜ਼ਾ ਅਪਲਾਈ ਕਰਕੇ ਉੱਥੇ ਜਾ ਸਕਦੇ ਹੋ। ਹੁਣ ਗੱਲ ਆਉਂਦੀ ਹੈ ਕਿ ਪਹਿਲਾਂ ਇਹ ਪੈਕੇਜ ਕਾਫੀ ਮਹਿੰਗਾ ਸੀਗਾ, ਬਟ ਹੁਣ ਯੂਨੀਵਰਸਿਟੀਆਂ ਨੇ ਸਾਨੂੰ ਆਫਰ ਕੀਤਾ ਕਿ ਅਸੀਂ ਉਹਨਾਂ ਨੂੰ ਘੱਟ ਤੋਂ ਘੱਟ ਫੀਸ ਦੇ ਵਿੱਚ ਅਸੀਂ ਉਹਨਾਂ ਕੋਲ ਬੱਚੇ ਪਹੁੰਚਾਈਏ, ਜਿਸ ਲਈ ਤੁਸੀਂ ਸਾਨੂੰ ਇੱਕ ਵਾਰ ਸੰਪਰਕ ਕਰੋ ਅਤੇ ਆਪਣਾ ਸੁਪਨਾ ਬਾਹਰ ਜਾਣ ਦਾ ਪੂਰਾ ਕਰੋ। ਯੂਰਪ ਦੀ ਕੰਟਰੀ ਹੈ, ਬਹੁਤ ਹੀ ਬੈਸਟ ਕੰਟਰੀ ਹੈ। ਜਿਹੜੇ ਬੱਚੇ ਛੋਟੀਆਂ ਕੰਟਰੀਆਂ ਜਾਂਦੇ ਸੀ ਜਿਵੇਂ ਮੋਰੋਸ਼ੀਅਸ ਵਿੱਚ ਜਾਂਦੇ ਸੀ, ਮਾਲਦੋਵਾ 'ਚ ਜਾਂਦੇ ਸੀ, ਉਹਨਾਂ ਦੇ ਲਈ ਆਪਾਂ ਜੇ ਕੰਪੇਅਰ ਕਰਦੇ ਹਾਂ ਤਾਂ ਰਸ਼ੀਆ ਇੱਕ ਬੈਸਟ ਕੰਟਰੀ ਮੰਨੀ ਜਾਂਦੀ ਹੈ। ਸੈਕਿੰਡ ਇਸਦੇ ਵਿੱਚ ਕੀ ਹੈ ਕਿ ਇਹਦੀ ਟਰੈਵਲ ਹਿਸਟਰੀ ਵੀ ਬਹੁਤ ਮਾਇਨੇ ਰੱਖਦੀ ਹੈ। ਜੇਕਰ ਤੁਸੀਂ ਉੱਥੇ ਸਟੱਡੀ ਕਰਕੇ ਵਾਪਸ ਆ ਜਾਂਦੇ ਹੋ, ਉਸ ਤੋਂ ਬਾਅਦ ਵੀ ਤੁਸੀਂ ਜੇ ਕਿਸੇ ਹੋਰ ਕੰਟਰੀ ਲਾਉਂਦੇ ਹੋ ਤਾਂ ਤੁਹਾਡਾ ਗੈਪ ਨਹੀਂ ਕੋਈ ਵੀ ਮੰਨਿਆ ਜਾਊਗਾ ਅਤੇ ਤੁਸੀਂ 100% ਨੈਕਸਟ ਕੰਟਰੀ 'ਚ ਜਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੀ ਰਸ਼ੀਆ ਕੰਟਰੀ ਹੈ ਉਸ ਤੋਂ ਇਲਾਵਾ ਉੱਥੋਂ ਸਾਰੀਆਂ ਕੰਟਰੀਆਂ ਜਿਹੜੀਆਂ ਫਲਾਈਟਸ ਨੇ ਬਹੁਤ ਈਜ਼ੀ ਨੇ। ਜੇਕਰ ਤੁਸੀਂ ਸ਼ੈਨਿੰਗਨ ਵੀਜ਼ਾ ਲੈਣਾ ਚਾਹੁੰਦੇ ਹੋ ਤਾਂ ਉੱਥੋਂ ਤੁਹਾਨੂੰ ਫਲਾਈਟ ਕਰਕੇ ਜਾਣ ਦੀ ਜ਼ਰੂਰਤ ਨਹੀਂ, ਬਾਏ ਤੁਸੀਂ ਟੈਕਸੀ, ਟ੍ਰੇਨ ਅਤੇ ਕਿਸੇ ਵੀ ਤਰੀਕੇ ਦੇ ਨਾਲ ਬਿਨਾਂ ਫਲਾਈਟ ਤੋਂ ਜਾ ਸਕਦੇ ਹੋ। ਇਸ ਲਈ ਤੁਹਾਨੂੰ ਫੰਡ ਵੀ ਦਿਖਾਉਣ ਦੀ ਜ਼ਰੂਰਤ ਨਹੀਂ ਹੈਗੀ ਜ਼ਿਆਦਾ ਉੱਥੋਂ। ਹੋਰ ਕੋਈ ਜਾਣਕਾਰੀ ਲਈ ਸਾਨੂੰ ਕਾਲ ਕਰ ਸਕਦੇ ਹੋ। ਥੈਂਕ ਯੂ।